ਮੇਰਾ ਵੀ 5 ਸਾਲ ਵਾਲਾ ਪਰਮਿਟ ਤੇ ਓਪਨ ਪਰਮਿਟ ਵਿੱਚ ਬਹੁਤ ਫਰਕ ਆ ਬੰਦੇ ਝੂਠ ਬੋਲ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਇੱਥੇ ਪਸਾਰ ਰਿਹਾ ਗਰੀਸ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਭਰਾ ਅੱਜ ਦੀ ਆਪਣੀ ਵੀਡੀਓ ਆ ਕਿ ਗਰੀਸ ਦੇ ਵਿੱਚ ਜਿਹੜਾ ਮੇਰੇ ਵੀਰ ਆਉਂਦੇ ਆ ਤੇ ਜਿਹੜੇ ਏਜੰਟ ਤੁਹਾਨੂੰ ਸਾਧ ਦੇ ਭੇਜਿਆ ਕੋਈ ਵੀ ਵਿੱਚ ਜਿਹੜਾ ਤੁਹਾਡਾ ਬੰਦਾ ਪਿੰਦਾ ਉਹ ਤੁਹਾਨੂੰ ਹੁਣ ਕੀ ਕਹਿੰਦੇ ਆ 5 ਸਾਲ ਵਾਲੇ ਪਰਮਿਟ ਨੂੰ ਓਪਨ ਪਰਮਿਟ ਬਣਵਾਈ ਜਾਂਦੇ ਆ ਕੀ ਕਹਿੰਦੇ ਆ ਕਿ 5 ਸਾਲ ਵਾਲੇ ਪਰਮਿਟ ਤੇ ਸਾਧ ਕੇ ਤੁਹਾਨੂੰ ਕਹੀ ਜਾਂਦੇ ਆ ਕਿ ਇਹ ਓਪਨ ਪਰਮਿਟ ਆ ਮੈਂ ਪਹਿਲਾਂ ਵੀ ਵੀਡੀਓ ਬਣਾਈ ਸੀ ਬਰਕ ਪਰਮਨੈਂਟ ਜਿਹੜਾ ਓਪਨ ਆ ਤੇ 5 ਸਾਲ ਵਾਲੇ ਵਿੱਚ ਬਹੁਤ ਫਰਕ ਆ ਜਿਹੜਾ ਓਪਨ ਪਰਮਨੈਂਟ ਹੁੰਦਾ ਉਹ ਤੇ ਆਪਾਂ ਛੰਨਗਣ ਕਿਤੇ ਵੀ ਅਗਲੀ 26 ਕੰਟਰੀ ਜੀ ਟਰੈਵਲ ਕਰ ਸਕਦੇ ਆ ਘੁੰਮ ਫਿਰ ਸਕਦੇ ਆ ਜਦੋਂ ਤੁਹਾਡਾ TCR ਬਣ ਜਾਂਦਾ ਤੇ ਜਿਹੜਾ 5 ਸਾਲ ਵਾਲਾ ਪਰਮਨੈਂਟ ਹੁੰਦਾ ਸਿਰਫ ਗ੍ਰੀਸ ਵਾਲਾ ਹੁੰਦਾ ਤੇ ਜੇ ਤੁਹਾਡਾ ਐਗਰੀਮੈਂਟ ਨਿਕਲਦਾ ਹਨਾ ਮੇਰਾ ਪਰ ਉਹਨੂੰ ਪੜ ਲਿਆ ਕਰੋ ਆਪਣੀ ਪੰਜਾਬੀ ਭਾਸ਼ਾ ਜੇ ਟਰਾਂਸਲੇਟ ਕਰਕੇ ਦੇਖ ਲਿਆ ਕਰੋ ਸਾਰੀ ਡਿਟੇਲ ਆ ਜਾਂਦੀ ਸਾਹਮਣੇ ਜਿਹੜਾ ਹੁੰਦਾ ਓਪਨ ਪਰਮਨੈਂਟ ਉਹ ਤੁਹਾਡਾ ਸਾਲ ਦਾ ਪਹਿਲਾਂ ਲੱਗਦਾ ਹੁੰਦਾ ਤੇ ਉਸ ਤੋਂ ਬਾਅਦ ਵਿਸਾਲ ਦੇ ਵਿੱਚ ਤੇ 6-7 ਮਹੀਨੇ ਤੱਕ ਤੁਹਾਡਾ TCR ਗਾਰਡ ਬਣ ਜਾਂਦਾ ਹੁੰਦਾ ਉਸ ਤੋਂ ਬਾਅਦ ਤੁਸੀਂ ਕਿਤੇ ਵੀ 26 ਕੰਟਰੀਆਂ 'ਚ ਟਰੈਵਲ ਕਰ ਸਕਦੇ ਆ ਕੰਮ ਨਹੀਂ ਕਰ ਸਕਦੇ ਟਰੈਵਲ ਕਰ ਸਕਦੇ ਆ ਤੇ ਉਸ ਤੋਂ ਬਾਅਦ ਜਿਹੜਾ ਪਰਮਨੈਂਟ ਹੁੰਦਾ 5 ਸਾਲ ਵਾਲਾ ਉਹ ਸਿਰਫ ਗ੍ਰੀਸ ਵਾਲਾ ਹੁੰਦਾ ਉਹ ਸੀਜ਼ਨ ਵਰਕ ਪਰਮਨੈਂਟ ਹੁੰਦਾ ਜਿੱਦਾਂ 9 ਮਹੀਨੇ ਤੁਸੀਂ ਕੰਮ ਕਰਨਾ ਤੇ 3 ਮਹੀਨੇ ਤੁਹਾਨੂੰ ਪੰਜਾਬ ਜਾਣਾ ਪੈਂਦਾ ਛੁੱਟੀ ਜਾਣਾ ਪੈਣਾ ਉਹਦੇ ਵਿੱਚ ਤਨਖਾਹ ਵੀ ਘੱਟ ਹੁੰਦੀ ਆ 700-800 ਤਨਖਾਹ بس ਇੰਨੀ ਕਿ ਲੱਗਦੀ ਜਿਹੜਾ 5 ਸਾਲ ਵਾਲਾ ਪਰਮਨੈਂਟ ਆ ਤੇ ਟੈਕਸ ਵੀ ਤੁਹਾਡ ਨੂੰ ਪਤਾ 120-30 ਰੁਪਏ ਟੈਕਸ ਹੋ ਜਾਂਦਾ ਰਹਿਣ 4-500 ਰੁਪਏ ਮਸੀਂ ਬਚਦਾ ਕਿਉਂਕਿ ਉਹਦੇ ਵਿੱਚ ਤਨਖਾਹ 700-800 ਹੁੰਦੀ ਆ ਹੋਰ ਕੋਈ ਤੁਸੀਂ ਕੰਮ ਨਹੀਂ ਕਰ ਸਕਦੇ ਤੇ ਉਹ ਸੀਜ਼ਨ ਵਾਲਾ ਹੀ ਹੁੰਦਾ ਤੁਹਾਨੂੰ ਇੱਕ ਬੰਦੇ ਤੋਂ ਕੰਮ ਕਰਨਾ ਪੈਂਦਾ ਤੇ ਜਿਹੜਾ ਓਪਨ ਪਰਮਨ ਹੁੰਦਾ ਓਪਨ ਪਰਮਨ ਦੇ ਵਿੱਚ ਤੁਸੀਂ ਇੱਕ ਵਾਰ ਤੁਹਾਡਾ TCRC ਕਾਰਡ ਬਣ ਗਿਆ ਤੇ ਜਿੱਦਾਂ ਜਿਹੜੇ ਬੰਦੇ ਨੇ ਤੁਹਾਨੂੰ ਪੇਪਰ ਤੁਹਾਡੇ ਭਰੇ ਹੁੰਦੇ ਸਮਝ ਲੁਗਰੀਸ ਦੇ ਉਹਦੇ ਨਾਲ ਤੁਸੀਂ ਸਾਲ ਦੇ ਵਿੱਚ ਆਪਣਾ ਜੋ ਵੀ ਐਗਰੀਮੈਂਟ ਹਿਸਾਬਕ ਦਾ ਕਰਕੇ ਤੁਸੀਂ ਬਾਅਦ ਵਿੱਚ ਆਪਣਾ ਕੰਮ ਜਿੱਦਾ ਮਰਜੀ ਚੇਂਜ ਕਰ ਸਕਦੇ ਆ ਤੁਹਾਨੂੰ ਟੈਨਸ਼ਨ ਫਰੀ ਹੋਊਗੀ ਤੁਸੀਂ ਰਾਵਣਾ ਕੰਮ ਕੋਈ ਵੀ ਕਰ ਸਕਦੇ ਜਿੱਦਾਂ ਇੱਥੇ ਫੈਕਟਰੀਆਂ ਦੇ ਵਿੱਚ ਵਾਧੂ ਪੈਸੇ ਬਣ ਜਾਂਦੇ ਆ ਡਿਲੀਵਰੀਆਂ ਦੇ ਵਿੱਚ ਵਾਧੂ ਪੈਸੇ ਬਣ ਜਾਂਦੇ ਆ ਕੋਈ ਹੱਥੀ ਹੁਨਰੋਂ ਦਾ ਕੰਮ ਉਹਦੇ ਵਿੱਚ ਵਾਧੂ ਪੈਸੇ ਬਣ ਜਾਂਦੇ ਜਾਂ ਤੇ ਕੰਦੇ ਨੂੰ ਭੇਜ ਦੇ ਵੀ ਪਿਆ ਜਾਂਦਾ ਇਸ ਲਈ ਮੇਰਾ ਭਰਾ ਜਿਹੜੇ ਵੀ ਹ ਤੇ ਉਹਨੂੰ ਕਹਿੰਦਾ ਕਿ ਓਪਨ ਪਰਮਿਟ ਆ ਜਦ ਤੱਕ ਹੀ ਹੈਗਾ ਸੀ 5 ਸਾਲ ਵਾਲਾ ਤੇ 5 ਸਾਲ ਵਾਲੇ ਵਿੱਚ ਵਿਚਾਰਾ ਹੁਣ ਪੈਸੇ ਤਾਰੂਗਾ ਜਾਂ ਘਰੇ ਆਪਣੇ ਲਈ ਇਥੇ ਜੋੜੂਗਾ ਕਰੇ ਕਿਦਾਂ 7-8 ਲੱਖ ਰੁਪਏ ਤਾਰੂਗਾ ਉਸ ਚੀਜ਼ ਦਾ ਬਹੁਤ ਇਥੇ ਲੁੱਟ ਹੁੰਦੀ ਪਈ ਹੈ ਇਸ ਲਈ ਮੇਰਾ ਭਰਾ ਜਿਹਨੇ ਵੀ ਗ੍ਰੀਸ ਵਿੱਚ ਆਉਣਾ ਪਹਿਲਾਂ ਆਪਣਾ ਐਗਰੀਮੈਂਟ ਪੜ ਕੇ ਆਵੋ ਜੇ ਤੁਹਾਨੂੰ ਨਹੀਂ ਸਮਝ ਲੱਗਦੀ ਤਾਂ ਟਰਾਂਸਲੇਟ ਕਰਕੇ ਆਪਣੀ ਪੰਜਾਬੀ ਭਾਸ਼ਾ 'ਚ ਸਾਰੀ ਡਿਟੇਲ ਆ ਜਾਂਦੀ ਹੈ ਸਾਹਮਣੇ ਜੇ ਤਾਂ ਹੋਊਗਾ 1 ਸਾਲ ਵਾਲਾ ਉਹ ਹੁੰਦਾ ਓਪਨ ਉਹਦੇ ਤੇ ਜੇ ਹੋਊਗਾ 5 ਸਾਲ ਵਾਲਾ ਉਹ ਤੇ ਸਾਰਾ ਲਿਖਿਆ ਹੁੰਦਾ ਗ੍ਰੀਕੀ ਭਾਸ਼ਾ ਦੇ ਵਿੱਚ ਉਹਨੂੰ ਤੁਸੀਂ ਟਰਾਂਸਲੇਟ ਕਰਕੇ ਦੇਖ ਲਓ ਤੇ ਬਾਕੀ ਜਿਹੜੀਆਂ ਇੰਟਰਵਿਊਆਂ ਇੰਟਰਵਿਊਆਂ ਵੀ ਬਹੁਤ ਲੇਟ ਆ ਰਹੀਆਂ ਹੁਣ ਕਿਉਂਕਿ ਇੱਕ ਵੋਟਾਂ ਦਾ ਇੱਕ ਸਿਸਟਮ ਜੇ ਇੱਥੇ ਪਤਾ ਨਹੀਂ ਵੋਟਾਂ ਕਰੇ ਅਗਲੇ ਮਹੀਨੇ ਆ ਆ ਮਹੀਨੇ ਦੇ ਵਿੱਚ ਕਹੀ ਜਾਂਦੇ ਵੋਟਾਂ ਕਰਕੇ ਵੀ ਇਹਨਾਂ ਦਾ ਕੰਮ ਰੁਕਿਆ ਪਿਆ ਹਜੇ ਤੇ ਆਪਣੇ ਕੀ ਕਹਿੰਦੇ ਆ ਇੰਟਰਵਿਊ ਬਹੁਤ ਲੇਟ ਆ ਰਹੀਆਂ ਬਹੁਤ ਤੇ ਜੇ ਤੁਹਾਡੇ ਸਮਝ ਲਓ ਜੇ ਤਾਂ ਤੁਹਾਡਾ ਇਹ ਫੀਸ ਲੈਂਦੇ 2660 ਰੁਪਏ ਲੈਂਦੇ ਆ ਤੁਹਾਡੇ ਤੋਂ ਜਦੋਂ ਤੁਹਾਡੀ ਇੰਟਰਵਿਊ ਹੁੰਦੀ ਆ ਤੇ ਫਿਰ ਤਾਂ ਸਮਝ ਲਓ ਤੁਹਾਡਾ ਵੀਜ਼ਾ ਲਾ ਦਿੰਦੇ ਆ ਜੇ ਤੁਹਾਡੇ ਕੋਲ ਕੋਈ ਪੈਸਾ ਨਹੀਂ ਲੈਂਦਾ ਫਿਰ ਸਮਝ ਲਓ ਤੁਹਾਡੀ ਰਿਫਿਊਜ਼ਲ ਦਿੰਦੇ ਆ ਇਹ ਇੱਕ ਖਾਸ ਕਰਕੇ ਕਿਹਾ ਧਿਆਨ ਰੱਖਿਓ ਤੇ ਕਿਉਂਕਿ ਹੁਣ 26 26 ਮੁੰਡੇ 26 ਮੁੰਡੇ ਵਿਚਾਰਿਆਂ ਦੇ ਪਹਿਲਾਂ ਦੇ ਇੰਟਰਵਿਊ ਹੋਣਾ ਵਿੱਚ ਪੰਜ ਮੁੰਡਿਆਂ ਦੇ ਪੈਸੇ ਲੈ ਬਾਕੀ 21 ਜਣੇ ਵਿਚਾਰਿਆਂ ਨੂੰ ਉਹਨਾਂ ਨੇ ਪਾਸਪੋਰਟ ਉਧਰ ਰੱਖ ਲਏ ਕਹਿੰਦੇ ਕਿ ਤੁਹਾਨੂੰ ਦੱਸਾਂਗੇ ਜਦ ਕਿ ਉਹਨਾਂ ਦੀ ਵਿਚਾਰਿਆਂ ਦੀ ਰਿਫਿਊਜ਼ਲ ਆ ਗਈਆਂ ਰਿਫਿਊਜ਼ਲ ਦੇ ਰੇ ਜਾਦੀ ਹੈ ਇਸ ਲਈ ਮੇਰਾ ਭਰਾ ਜਿਹੜਾ ਵੀ ਆਪਣੇ ਕਰਦਾ ਤੇ ਐਗਰੀਮੈਂਟ ਦੇ ਵਿੱਚ ਆਪਣੀ ਡਿਟੇਲ ਨਾਲ ਚੰਗੀ ਤਰ੍ਹਾਂ ਇੰਟਰਵਿਊ ਜੋ ਵੀ ਲਿਖਿਆ ਹੁੰਦਾ ਤੁਹਾਡੇ ਮਾਲਕ ਦਾ ਨਾਮ ਤੁਹਾਡੀ ਸੈਲਰੀ ਕੰਮ ਕਿਹੜਾ ਕਿੰਨੇ ਘੰਟੇ ਡਿਊਟੀ ਆ ਤੁਹਾਡੀ ਸੈਲਰੀ ਇਹ ਹਰ ਰੋਜ਼ ਦੀ ਦਿਹਾੜੀ ਆ ਤੇ ਜੇ ਮਹੀਨੇ ਦੀ ਸਾਰਾ ਐਗਰੀਮੈਂਟ ਤੇ ਲਿਖਿਆ ਹੁੰਦਾ ਪੜ੍ਹ ਕੇ ਫਿਰ ਤੁਸੀਂ ਇੰਟਰਵਿਊ ਦਵੋ ਤੇ ਉਹਨੂੰ ਟ੍ਰਾਂਸਲੇਟ ਕਰਕੇ ਦੇਖ ਲਓ ਤੇ ਫਿਰ ਕਰਕੇ ਤੁਸੀਂ ਆਪਣੀ ਇੰਟਰਵਿਊ ਤੋਂ ਫਿਰ ਕਲੀਅਰ ਕਰੋ ਤੇ ਜੋ ਵੀ ਇੰਟਰਵਿਊ ਦੇ ਵਿੱਚ ਸਭ ਸੱਚ ਦੱਸੋ ਇਹ ਨਾਕ ਦੱਸੋ ਕਿ ਜੋ ਵੀ ਕਈ ਵੇਲੇ ਵਿਚਾਰੇ ਆਪਣੇ ਤੋਂ ਡਰ ਜਾਂਦੇ ਆ ਇਹ ਨਹੀਂ ਨਾਲੇ ਇਹ ਨਹੀਂ ਹੈਗਾ ਕਿ ਗ੍ਰੀਕੀ ਭਾਸ਼ਾ ਵਿੱਚ ਇੰਟਰਵਿਊ ਹੁੰਦਾ ਜੇ ਤੁਹਾਨੂੰ ਨਹੀਂ ਆਂਦੀ ਜੇ ਤੁਹਾਨੂੰ ਇੰਗਲਿਸ਼ ਨਹੀਂ ਆਂਦੀ ਜੇ ਤੁਹਾਨੂੰ ਹਿੰਦੀ ਭਾਸ਼ਾ ਦੀ ਆਪਣੇ ਉੱਥੇ ਦਿੱਲੀ ਇੰਟਰਵਿਊ ਹੁੰਦਾ ਆ ਪੰਜਾਬੀ ਭਾਸ਼ਾ ਚ ਚਲੋ ਨਹੀਂ ਹੁੰਦਾ ਹਿੰਦੀ ਦੇ ਵਿੱਚ ਹੁੰਦਾ ਤੇ ਬਾਕੀ ਉੱਥੇ ਗੂਗਲ ਉੱਥੇ ਗੂਗਲ ਕਹੇ ਤਾਂ ਉੱਥੇ ਟਰਾਂਸਲੇਟਰ ਬੈਠਾ ਹੁੰਦਾ ਨਾਲ ਤੇ ਉਹਨਾਂ ਨੂੰ ਸਮਝਾਉਣ ਨੂੰ ਜਿਹੜਾ ਮੋਰੇ ਗ੍ਰੀਸ ਗ੍ਰੀਸ ਦੀ ਐਮਬੈਸੀ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਇਸ ਲਈ ਮੇਰਾ ਭਰਾ ਇੰਟਰਵਿਊ ਵੀ ਹੁਣ ਲੇਟ ਆ ਰਹੀਆਂ ਮਾੜਾ ਕੰਮ ਲੇਟ ਚੱਲਦਾ ਪਿਆ ਪਰ ਆਪਣਾ ਜਿਹੜਾ 5 ਸਾਲ ਵਾਲਾ ਤੇ ਓਪਨ ਪਰਮਿਟ ਵਿੱਚ ਫਾਇਦਾ ਸਭ ਤੋਂ ਜ਼ਿਆਦਾ ਓਪਨ ਪਰਮਿਟ ਦੇ ਵਿੱਚ ਜਾਂ 5 ਸਾਲ ਵਾਲੇ ਦੇ ਚੱਕਰ ਚ ਨਾ ਹਜੇ ਪਹੋ ਕਿਉਂਕਿ ਸੀਜ਼ਨ ਵਾਲਾ ਆ ਮੇਰਾ ਭਰਾ ਉਹਦੇ ਵਿੱਚ ਪੈਸੇ ਵੀ ਘੱਟ ਬਣਦੇ ਆ ਕੋਈ ਕੰਮ ਨਹੀਂ ਤੁਸੀਂ ਚੇਂਜ ਕਰ ਸਕਦੇ ਇਸ ਲਈ ਓਪਨ ਪਰਮਿਟ ਦੇ ਵਿੱਚ ਬੈਨੀਫਿਟ ਜ਼ਿਆਦਾ ਹੁੰਦਾ ਜੇ ਪੈਸੇ ਲੋਣੇ ਵੀ ਆ ਮੇਰਾ ਭਰਾ ਓਪਨ ਪਰਮਿਟ ਦੇ ਵਿੱਚ ਲਾ ਲਓ ਆਪਣਾ ਤੇ ਗ੍ਰੀਨਸ ਦੇ ਵਰਕ ਪਰਮਿਟ ਤੇ ਠੀਕ ਆ ਜ ਜਦੋਂ ਤੁਹਾਡੇ ਇੱਕ ਵਾਰ ਬਾਅਦ ਚ ਫਿਰ ਜਦੋਂ ਕਾਰਡ ਬਣ ਗਿਆ ਤੇ ਇੱਥੇ ਬੰਦਾ ਇੱਕ ਵਾਰ ਆਪਣਾ ਬੇਸ ਸ ਇਸ ਲਈ ਮੇਰਾ ਭਰਾ ਇੰਨੇ ਕਿ ਆਪਣੇ ਵੀਡੀਓ ਸਹੀ ਕਿਉਂਕਿ ਮੁੰਡੇ ਵਿਚਾਰੇ ਜਿਹੜੇ ਆਉਂਦੇ ਉਹਨਾਂ ਨੇ ਕਈ ਬੰਦੇ ਦਾ ਧੋਖਾ ਕਰਦੇ ਪਏ ਇਸ ਲਈ ਆਪਾਂ ਕਿਹਾ ਵੀਡੀਓ ਬਣਾ ਕੇ ਦੱਸ ਦਿੰਦੇ ਆ ਤੇ ਇਹ ਖਾਸ ਗੱਲ ਕਰਕੇ ਆਪਣਾ ਧਿਆਨ ਰੱਖਿਓ ਮੇਰਾ ਭਰਾ ਇਸ ਕਰਕੇ ਤੇ ਆਪਣਾ ਐਗਰੀਮੈਂਟ ਜਰੂਰ ਪੜ੍ਹ ਕੇ ਆਵੋ ਵੀਡੀਓ ਦੇਖਣ ਲਈ ਮੇਰਾ ਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ